ਬੁਲਜਾਰ ਸਿੰਘ ਸ਼ੌਂਕੀ ਹੋਣਾ ਦੀ ਕਿਤਾਬ ਹੱਥ ਲੱਗੀ ਜੋ ਜਨਾਬ ਮੁਹੰਮਦ ਸਦੀਕ ਜੀਆਂ ਦੇ ਜੀਵਨ ਤੇ ਲਿਖੀ ਆ ਤੇ ਬੈਠੇ ਬੈਠੇ ਦਿਮਾਗ ਚ ਆਇਆ ਕਿ ਕਿਉਂ ਨਾ ਦਰਸ਼ਕਾਂ ਨਾਲ ਕੁਝ ਗੱਲਾਂ ਸਾਂਝੀਆਂ ਕਰੀਏ ਉਹਨਾਂ ਦੀਆਂ ਜੋ ਖੈਰ ਵੈਸੇ ਸਦੀਕ ਸਾਹਿਬ ਬਾਰੇ ਸਭ ਨੂੰ ਸੰਗੀਤ ਜਗਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਜਾਣਕਾਰੀ ਹੈ ਹੀ ਪਰ ਅੱਜ ਆਪਾਂ ਗੱਲ ਕਰਦੇ ਆਂ ਸਦੀਕ ਸਾਹਿਬ ਨੇ ਕਿਹੜੀਆਂ ਕਿਹੜੀਆਂ ਫੀਮੇਲ ਗਾਇਕਾਂ ਨਾਲ ਗਾਇਆ ਜਿੱਦਾਂ ਕਿ ਆਪਾਂ ਸਭ ਨੂੰ ਪਤਾ ਹੀ ਆ ਕਿ ਸਦੀਕ ਸਾਹਿਬ ਨੇ 35 ਸਾਲ ਰਣਜੀਤ ਕੌਰ ਦੀ ਨਾਲ ਗਾਇਆ ਰਣਜੀਤ ਕੌਰ ਤੋਂ ਬਿਨਾ ਅਸਦੀਕ ਸਾਹਿਬ ਨੇ ਕਿਹੜੇ ਕਿੜੀਆਂ ਗਾਇਕਾਵਾਂ ਨਾਲ ਗਾਇਆ ਗੁਲਜ਼ਾਰ ਸਿੰਘ ਸ਼ੌਂਕੀ ਦੀ ਕਿਤਾਬ ਦੇ ਮੁਤਾਬਕ ਅਸਦੀਕ ਸਾਹਿਬ ਨੇ ਨਰਿੰਦਰ ਬੀਬਾ ਜੀ ਨਾਲ ਸਵਰਨ ਲਤਾ ਜੀ ਨਾਲ ਰਜਿੰਦਰ ਰਾਜਨ ਸੁਰਿੰਦਰ ਕੌਰ ਜੀ ਡੋਲੀ ਗਲੇਰੀਆ ਤੇ ਕੁਛਕ ਗੀਤ ਉਹਨਾਂ ਨੇ ਅਨੁਰਾਦਾ ਪੌਂਡਵਾਲ ਨਾਲ ਇੱਕ ਫਿਲਮ ਚ ਗਾਏ ਤੇ ਰਣਜੀਤ ਕੌਰ ਤੋਂ ਬਾਅਦ ਹੁਣ ਤੱਕ ਰਣਜੀਤ ਕੌਰ ਜੀ ਤੋਂ ਬਾਅਦ ਫਿਰ ਸੁਖਜੀਤ ਕੌਰ ਜੀ ਨਾਲ ਉਹਨਾਂ ਦਾ ਸੈੱਟ ਬਣਿਆ ਜੋ ਹੁਣ ਤੱਕ ਕਾਇਮ ਆ ਤੇ ਉਹਦੇ ਵਿੱਚ ਤੁਹਾਨੂੰ ਕੁਝ ਗੀਤਾਂ ਦਾ ਜ਼ਿਕਰ ਕਰਦੇ ਆ ਜਿਹੜੇ ਉਹਨਾਂ ਨੇ ਰਣਜੀਤ ਕੌਰ ਤੋਂ ਬਿਨਾਂ ਗਾਏ ਨੇ ਨਰਿੰਦਰ ਬੀਬਾ ਜੀ ਨਾਲ ਉਹਨਾਂ ਦੇ ਕਿਤਾਬ ਦੇ ਹਿਸਾਬ ਨਾਲ ਦੋ ਗੀਤ ਨੇ ਆ ਲਾ ਲੰਗਨੀ ਪਿਛਣੀ ਤੇਰਾ ਨਰਮੇ ਚੋਂ ਸਾਨੂੰ ਲੱਭਿਆ ਰਾਤੀ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ ਦੇਵਤਰੀਆਂ ਵਾਲੇ ਦਾ ਲਿਖਿਆ ਦੋ ਗੀਤ ਨੇ ਇਹ ਤੇ ਉਸ ਤੋਂ ਬਾਅਦ ਸਵਰਨਲਾਤਾ ਜੀ ਨਾਲ ਅੱਠ ਗੀਤਾਂ ਦਾ ਜ਼ਿਕਰ ਆ ਕਿਤਾਬ ਦੇ ਵਿੱਚ ਮੇਲੇ ਚੱਲੀਏ ਜਰਗ ਦੇ ਭਾਬੀ ਮੁੰਡਾ ਤੇਰਾ ਮੈਂ ਜੱਕ ਲੂੰ ਨੀ ਮੈਂ ਪਰਚੀਆਂ ਪਿੰਡਾਂ ਦਾ ਪਟਵਾਰੀ ਲੰਗ ਨਾਮ ਰੂੜਾ ਮਾਰ ਕੇ ਇਹ ਦੋ ਗੀਤ ਦੇਵਤਰੀਆਂ ਵਾਲੇ ਤੇ ਲਿਖੇ ਨੇ ਉਸ ਤੋਂ ਬਾਅਦ ਗੋਲੇ ਰੰਗ ਤੇ ਬਾਸ ਕਟ ਕਾਲੀ ਚੰਨਾ ਤੈਨੂੰ ਬੜੀ ਸਜਦੀ ਦਾਦਾਰ ਸੰਧੂ ਜੀ ਦਾ ਲਿਖਿਆ ਭਾਈ ਸਪੀਕਰ ਵਾਲਿਆ ਕੋਈ ਨਵਾਂ ਗਾਣਾ ਸੁਣਾ ਚੱਲ ਚੱਲੀ ਚੱਲ ਸੰਗਰੂਰ ਚੱਲੀਏ ਜੇ ਤਾਂ ਲੱਡੂ ਮਿੱਤਰਾਂ ਦੇ ਖਾਣੇ ਇਹਦੇ ਵਿੱਚ ਗੀਤਕਾਰ ਦਾ ਨਾਮ ਚਮਨ ਲਾਲ ਸ਼ੁਗਲ ਇਹ ਸੁਵਰਨ ਲਤਾ ਜੀ ਨਾਲ ਗਾਏ ਗੀਤਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਭਿੱਜ ਗਈ ਬਾਹਰ ਖੜੀ ਤੂੰ ਛਤਰੀਨਾ ਤਾਣੀ ਇੰਨਾ ਸੋਹਣਿਆ ਦਾ ਨਾ ਕਦੇ ਇਤਬਾਰ ਕਰੀਏ ਪਿੱਛੇ ਸਾਡੇ ਆਉਂਦੇ ਕਾਹਨੂੰ ਛੀਟੀਆਂ ਵੀ ਮਾਰਦਾ ਇਹ ਅੱਠ ਗੀਤ ਨੇ ਦੋਸਤੋ ਜੋ ਸੁਵਰਨ ਲਤਾ ਨਾਲ ਗਾਏ ਨੇ ਉਸ ਤੋਂ ਬਾਅਦ ਰਜਿੰਦਰ ਰਾਜਨ ਜੀ ਨਾਲ ਇਹਨਾਂ ਨੇ ਕੁਝ ਗੀਤ ਗਾਏ ਨੇ ਜਿਨ੍ਹਾਂ ਦਾ ਕਿਤਾਬ ਦੇ ਵਿੱਚ ਜ਼ਿਕਰ ਆ ਮੋਦੇ ਬਖਰੂ ਜੇ ਵਰਗੀ ਜੱਟੀ ਖਾਲੀ ਵੇ ਕਾਲੇ ਨਾਗਨੀ ਬਾਬੂ ਸਿੰਘ ਮਾਨ ਹੁਣਾ ਦਾ ਲਖਿਆ ਪਿਓ ਵਰਗ ਅਜੇ ਠਾ ਮਸਕਰੀਆਂ ਨਾ ਕਰ ਛੜਿਆਂ ਦੇ ਛੜਿਆਂ ਦੇ ਘਰ ਭੇਡ ਲਵੇਰੀ ਵੰਡ ਵੰਡ ਬੜੇ ਵਿਚਾਰੇ ਤੇ ਕਾਨੂੰ ਭੁੱਲ ਗਈ ਛੜੇ ਕਾਨੂੰ ਭੁੱਲ ਕੇ ਛੜੇ ਨੂੰ ਅੱਖ ਮਾਰੇ ਵੱਢ ਕੇ ਬਰੂਹਾ ਖਾ ਗਿਆ ਮੋਤੀ ਬਣ ਮੇਤਰਾ ਤੈਨੂੰ ਗਲ ਦਾ ਹਾਰ ਬਣਾਵਾ ਲੰਬੀ ਛਿਟੀ ਮਾਰ ਮੇਤਰਾ ਘਰ ਭੁੱਲ ਕੇ ਮੂੜ ਤੇ ਆ ਕੇ ਤੇ ਗੀਤ ਰਜਿੰਦਰ ਰਾਜਨ ਜੀ ਨਾਲ ਗਾਏ ਨੇ ਉਸ ਤੋਂ ਬਾਅਦ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀਆਂ ਨਾਲ ਵੀ ਕਿਤਾਬ ਦੇ ਵਿੱਚ ਜ਼ਿਕਰ ਆ ਕਿ ਉਹਨਾਂ ਨੇ ਕੁਝ ਗੀਤ ਗਾਏ ਨੇ ਉਹਨਾਂ ਦੇ ਉਹਨਾਂ ਦਾ ਜ਼ਿਕਰ ਆ ਇੱਥੇ ਮੇਰਾ ਲੌਂਗ ਬਾਚਾ ਨਿਗਾ ਮਾਰਦਾ ਆਈ ਵੇ ਥੋਬਾ ਮਾਰੇਗਾ ਬਣਾ ਦੇ ਬਹਿ ਕੇ ਥੱਲੇ ਰਾਂਝਣਾ ਲੜ ਜਾ ਪ੍ਰਿੰਡ ਬਣ ਕੇ ਅਣ ਦਾੜ ਜਾਂ ਸੁੱਕਾ ਨਾ ਜਾਵੇ ਡੋਲੀ ਚੜ ਗਈ ਖੇੜਿਆਂ ਦੀ ਡੋਲੀ ਚੜ ਗਈ ਖੇੜਿਆਂ ਦੀ ਚੂਚਕ ਕੁੱਤੇ ਦੀ ਪੂੰਛ ਘਸਾ ਲੈ ਤੇਰਾ ਫਾਇਦਾ ਹੋ ਜੂ ਪਟੂ ਨੇ ਲੋੜਾ ਮਾਰਿਆ ਮੈ ਸਖਰ ਦੁਪਹਿਰੇ ਕੁੱਟੀ ਖਾਸੇ ਨਾਲ ਸੀ ਚਰਾਵਾ ਫੁੱਲ ਮਾਰਿਆ ਗੱਲੇ ਉੱਤੇ ਨੀਲ ਪੈ ਗਿਆ ਅੱਖੇ ਨੇ ਸੂਤ ਲਈਆਂ ਵੰਗਾ ਵਾਲੀਆਂ ਤੇ ਵੱਧ ਗਈ ਤੂੰ ਬੇਲ ਦੀ ਤਰ੍ਹਾਂ ਤੇਰਾ ਘਗਰਾ ਮੇਚ ਨਾ ਆਵੇ ਆਈ ਸ਼ਗਨਾ ਦੀ ਰਾਤ ਹੋਈ ਪਹਿਲੀ ਮੁਲਾਕਾਤ ਇਹ ਸਾਰੇ ਗਾਣੇ ਸੁਰਿੰਦਰ ਕੌਰ ਜੀ ਨਾਲ ਗਾਏ ਹੋਏ ਨੇ ਉਸ ਤੋਂ ਬਾਅਦ ਡੋਲੀ ਗੁਲੇਰੀਆ ਜੀ ਨਾਲ ਕੁਝ ਗੀਤਾਂ ਦਾ ਜ਼ਿਕਰ ਆ ਜੋ ਗੀਤਕਾਰ ਪ੍ਰੀਤ ਕਾਲ ਚਰਾਣੀ ਦੇ ਲਿਖੇ ਨੇ ਚਾਰ ਗੀਤਾਂ ਦਾ ਜ਼ਿਕਰ ਆ ਚਾਰੇ ਗੀਤਾਂ ਦਾ ਗੀਤਕਾਰ ਪ੍ਰੀਤ ਕਾਲ ਚਰਾਣੀ ਨੂੰ ਲਿਖਿਆ ਗਿਆ ਸੁਣ ਭਾਬੀ ਦੀਏ ਭੈਣੇ ਨੀ ਤੂੰ ਕੀਤਾ ਮੈਨੂੰ ਕੀ ਸੁਣ ਭਾਬੀ ਦੀਏ ਭੈਣੇ ਨੀ ਤੂੰ ਕੀਤਾ ਮੈਨੂੰ ਕੀ ਨੀ ਤੂੰ ਚਾਤਰ ਚਲਾ ਕੇ ਕਹੋਂਦੀ ਤੇਰਾ ਜੇਠ ਕੌਤਕੀ ਪੂਰਾ ਬਾਬਾ ਜੀ ਕੁਝ ਵਕਤ ਵਿਚਾਰੋ ਦਲੇ ਉਡ ਝੂਟ ਝੂ ਕਰਦਾ ਜੱਟ ਫਿਲਮ ਵੇਖ ਕੇ ਆਇਆ ਇਹ ਚਾਰ ਗੀਤ ਪ੍ਰੀਤ ਕਾਲ ਚਰਾਣੀ ਜੀ ਦੇ ਲਿਖੇ ਹੋਏ ਨੇ ਇੱਕ ਗੀਤ ਹੋਰ ਆ ਤੈਨੂੰ ਧੁੱਪ ਲੱਗਦੀ ਮੱੱਚੇ ਕਾਲ ਜਾਂ ਮੇਰਾ ਜੋ ਡੋਲੀ ਗਲੇਰੀਆ ਜੀ ਨਾਲ ਗਿਆ ਹਾ ਉਸ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ 26 27 ਗੀਤਾਂ ਦਾ ਜ਼ਿਕਰ ਆ ਜੋ ਉਹਨਾਂ ਨੇ ਉਹਨਾਂ ਦੀ ਜੋ ਹੁਣ ਜਿੰਨਾਂ ਨਾਲ ਗਾ ਰਹੇ ਨੇ ਸੁਖਜੀਤ ਕੌਰ ਜੀ ਨਾਲ 26 27 ਗੀਤਾਂ ਦਾ ਜ਼ਿਕਰ ਜਿਹਦੇ ਗੀਤਕਾਰ ਜਨਕ ਸ਼ਰਮੀਲਾ ਸੁਰੇਸ਼ ਬਾਂਸਲ ਪ੍ਰੀਤ ਕਾਲ ਚਰਾਣੀ ਦਦਾਰ ਸੰਧੂ ਜੀ ਜਨਕ ਗਿੱਲ ਜੱਬੂ ਮਾਦਰੇ ਵਾਲਾ ਇਹਨਾਂ ਗੀਤਾਂ ਦੇ ਜ਼ਿਕਰ ਨੇ ਇਹ ਉਹ ਗੀਤ ਨੇ ਜੋ ਮੁਹੰਮਦ ਸਦੀਕ ਜੀ ਨੇ ਰਣਜੀਤ ਕੌਰ ਤੋਂ ਬਿਨਾ ਦੂਜੀਆਂ ਫੀਮੇਲ ਗਾਇਕਾਂ ਨਾਲ ਗਾਏ ਨੇ ਤੇ ਦੋਸਤੋ ਕਿਤਾਬ ਤੇ ਹੋਰ ਜ਼ਿਕਰ ਕਰਾਂਗੇ ਮੁਹੰਮਦ ਸਦੀਕ ਸਾਹਿਬ ਨੇ 8 ਟੋਟਲ ਅੱਜ ਤੱਕ ਟੋਟਲ 8 ਗਾਇਕਾਂ ਨਾਲ ਗਾਇਆ ਫਿਲਮਾਂ ਤੋਂ ਬਿਨਾ ਫਿਲਮਾਂ ਦੇ ਵਿੱਚ ਹੋ ਸਕਦਾ ਕਿਤਾਬ ਦੇ ਵਿੱਚ ਜੋ ਜ਼ਿਕਰ ਆ ਇਹਨਾਂ ਜ਼ਿਕਰ ਨਹੀਂ ਹੈ ਸਵਰਨ ਲਤਾ ਨਰਿੰਦਰ ਬੀਬਾ ਅਨੁਰੰਧਾ ਪੌਂਡਵਾਲ ਸੁਰਿੰਦਰ ਕੌਰ ਰਜਿੰਦਰ ਰਾਜਨ ਡੋਲੀ ਗਲੇਰੀਆ ਇਹਨਾਂ ਨਾਲ ਰਣਜੀਤ ਕੌਰ ਜੀ ਸੁਖਜੀਤ ਕੌਰ ਉਹਨਾਂ ਨਾਲ ਗਾਇਆ ਤੇ ਜਦੋਂ ਤੱਕ ਇਸ ਕਿਤਾਬ ਚੋਂ ਪੜ੍ਹ ਕੇ ਕੁਝ ਤੁਹਾਡੇ ਲਈ ਅਗਲੀ ਜਾਣਕਾਰੀ ਲੱਗ ਆਵੇ ਜਦ ਤੱਕ ਦਿਓ ਮੈਨੂੰ ਇਜਾਜ਼ਤ ਸਤਿ ਸ੍ਰੀ ਅਕਾਲ